ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ। ਅੱਜ ਅਸੀਂ ਗੱਲ ਕਰ ਰਹੇ ਹਾਂ ਕਣਕ ਦੀ ਫਸਲ ਬਾਰੇ ਵੀ ਜੋ ਸਮਾਂ ਹੁਣ ਜਿਸ ਸਟੇਜ 'ਤੇ ਕਣਕ ਖੜ੍ਹੀ ਹੈ ਅਤੇ ਇਹਦੀ ਜਿਹੜੀ ਹੈ ਕਟਾਈ ਤੱਕ ਜਿਹੜੇ ਆਪਾਂ ਨੂੰ ਕਿਹੜੀ ਕਿਹੜੀ ਕਿਸਾਨ ਨੂੰ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਿਹਦੇ ਕਰਕੇ ਆਪਾਂ ਜਿਹੜਾ ਕਣਕ ਦੀ ਫਸਲ ਤੋਂ ਜਿਹੜਾ ਬੰਪਰ ਝਾੜ ਲੈ ਸਕੀਏ ਅਤੇ ਜਿਹੜੀ ਕਿਸਾਨ ਦੀ ਆਰਥਿਕ ਹਾਲਤ ਹੈ ਉਹ ਜਿਹੜੀ ਆ ਉਹ ਵਧੀਆ ਹੋ ਸਕੇ। ਉਹਦੇ ਵਿੱਚ ਮੈਂ ਇਹ ਗੱਲ ਕਹਿਣਾ ਚਾਹੂੰਗਾ ਕਿ ਜਿਹੜਾ ਮੌਸਮ ਹੈ ਇਹ ਕੋਈ ਬਾਹਲਾ ਵਧੀਆ ਕਣਕ ਵਾਸਤੇ ਨਹੀਂ ਰਿਹਾ, ਕਿਉਂਕਿ ਜਿਹੜੀਆਂ ਤਾਂ ਅਗੇਤੀਆਂ ਕਿਸਮਾਂ ਸੀਗੀਆਂ ਸਾਡੀਆਂ ਕਣਕ ਦੀਆਂ ਤਾਂ ਉਹਨਾਂ ਦੇ ਵਿੱਚ ਕਣਕ ਨੇ ਅਗੇਤੀ ਬੀਜੀ, ਪਹਿਲੀ ਜਿਹੜੀ ਅਗੇਤੀ ਅਕਤੂਬਰ ਦੇ ਲਾਸਟ 'ਤੇ ਲੋਕਾਂ ਨੇ ਬੀਜੀਆਂ ਸੀਗੀਆਂ ਵਰਾਇਟੀਆਂ, ਅਗੇਤੀਆਂ ਵਰਾਇਟੀਆਂ, ਉਹ ਤਾਂ 5-7 ਦਿਨਾਂ 'ਚ ਉੱਗੀਆਂ ਆਈਆਂ, ਉਹ ਤਾਂ ਹੁਣ ਛਿੱਟਿਆਂ 'ਤੇ ਆਈਆਂ ਖੜ੍ਹੀਆਂ। ਪਰ ਜਿਹੜੀਆਂ ਪਛੇਤੀਆਂ ਕਰਮਾਂ ਸੀ, ਖਾਸ ਕਰਕੇ ਜਿਹੜੀਆਂ ਬਾਸਮਤੀ ਵਾਲੀਆਂ 11-21 ਦੀਆਂ ਸੀਗੀਆਂ ਅਤੇ ਮੁੱਛਲ ਝੋਨੇ ਵਾਲੀਆਂ ਸੀਗੀਆਂ, ਨਰਮੇ ਵਾਲੀਆਂ ਸੀਗੀਆਂ ਥੋੜ੍ਹੀਆਂ, ਉਹ ਕਣਕਾਂ ਜਿਹੜੀਆਂ ਲੇਟ ਸੀਗੀਆਂ ਉਹ ਇੱਕ ਮਹੀਨਾ ਲਗਾਤਾਰ ਧੁੰਦ ਦੇ ਵਿੱਚ ਆ ਗਈਆਂ। ਮਤਲਬ ਮੌਸਮ ਕੋਹਰਾ ਨਹੀਂ ਪਿਆ, ਧੁੰਦ ਰਹੀ ਹੈ ਅਤੇ ਜਿੱਥੀਆਂ ਕਈ ਵਾਰੀ ਉੱਥੇ ਜਿੱਥੇ ਕਣਕਾਂ ਨੂੰ ਪਾਣੀ ਪੂਣੀ ਲੱਗਿਆ ਸੀਗਾ, ਕਣਕਾਂ ਥੋੜ੍ਹੀਆਂ ਜਿਹੀਆਂ ਪਾਣੀ ਖੜ੍ਹੇ ਰਹਿਣ ਕਰਕੇ ਧੁੱਪ ਨਾ ਮਿਲਣ ਕਰਕੇ ਲਗਾਤਾਰ ਇੱਕ ਮਹੀਨਾ ਉਹ ਕਣਕਾਂ ਦੱਬ ਗਈਆਂ ਸੀ। ਤਾਂ ਅਸੀਂ ਕਿਸਾਨ ਭਰਾਵਾਂ ਨੂੰ ਕੈਂਪਾਂ ਰਾਹੀਂ ਜਾਂ ਸਾਡੇ ਜਿੱਥੇ ਵੀ ਸੰਪਰਕ ਸਾਡਾ ਕਿਸਾਨ ਨਾਲ ਹੁੰਦਾ ਤਾਂ ਅਸੀਂ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਜਿਹੜੀ ਕਣਕਾਂ ਦੱਬ ਗਈਆਂ ਹੈ ਉਹਦੇ ਉੱਤੇ ਤੁਸੀਂ ਜ਼ਿੰਕ, ਮੈਗਨੀਜ਼, ਮੈਗਨੀਸ਼ੀਅਮ ਇਹਨਾਂ ਜਿਹੜੀਆਂ ਤੱਤਾਂ ਦੀ ਤੁਸੀਂ ਸਪਰੇਅ ਕਰੋ ਤਾਂ ਕਿ ਜਿਹੜਾ ਉਹਦਾ ਪੀਲਾਪਣ ਕਣਕ ਦਾ ਉਹ ਦੂਰ ਹੋ ਸਕੇ। ਅਤੇ ਕਈ ਵਾਰੀ ਕਣਕ ਦੇ ਜਿਹੜੇ ਟੂਸੇ ਆ ਉੱਪਰੋਂ ਬਰਾਊਨ ਜਿਹੇ ਹੋ ਜਾਂਦੇ ਆ, ਉਹ ਸਲਫਰ ਦੀ ਘਾਟ ਹੋ ਜਾਂਦੀ ਹੈ, ਉਹ ਉਦੋਂ ਆਉਂਦੀ ਹੈ ਜਦੋਂ ਲਗਾਤਾਰ ਧੁੱਪ ਨਹੀਂ ਮਿਲਦੀ ਗੀ, ਰੋਸ਼ਨੀ ਨਹੀਂ ਮਿਲਦੀ ਗੀ ਕਰੋਪ ਨੂੰ, ਅਤੇ ਉਹ ਟਿਪਸ ਦੇ ਉੱਪਰ ਡੈਫੀਸ਼ੈਂਸੀ ਸਲਫਰ ਦੀ ਸ਼ੋਅ ਹੁੰਦੀ ਹੈ। ਪਰ ਉਹਦੇ ਵਿੱਚ ਕਿਸਾਨਾਂ ਨੂੰ ਕਿਹਾ ਸੀ ਕੋਈ ਸਪਰੇਅ ਕਰਨ ਦੀ ਲੋੜ ਨਹੀਂ, ਉਸ ਵਾਸਤੇ ਸਲਫਰ ਦੀ ਉਹ ਜਦੋਂ ਵੀ ਧੁੱਪਾਂ ਨਿਕਲਣਗੀਆਂ ਉਹ ਬੂਟਾ ਆਪਣੇ ਆਪ ਹੀ ਜਿਹੜਾ ਉਹ ਡੈਫੀਸ਼ੈਂਸੀ ਆਪਦੀ ਉਹ ਕਵਰ ਕਰ ਲਊਗਾ। ਜਿਹੜੀ ਅੱਜ ਪੋਜੀਸ਼ਨ ਹੈਗੀ ਆ ਪਿਛਲੇ 2-3 ਦਿਨਾਂ ਤੋਂ ਜਿਹੜੀ ਗਰਮੀ ਇੱਕੇ ਵਾਰੀ ਵੱਧ ਗਈ, ਠੀਕ ਹੈ ਨਾ, ਖਾਸ ਕਰਕੇ ਮਤਲਬ ਸਵੇਰੇ ਸ਼ਾਮ ਥੋੜ੍ਹੀ ਬਹੁਤੀ ਠੰਡ ਰਹਿ ਗਈ ਹੈ, ਦਿਨੇ ਜਿਹੜੀ ਆ ਉਹ ਬਹੁਤ ਇੱਕੇ ਵਾਰੀ ਗਰਮੀ ਆ ਗਈ ਹੈ। ਉਹਦੇ ਨਾਲ ਹੁਣ ਜਿਹੜੀ ਗਰਮੀ ਇੱਕੋਦਮ ਆ ਗਈ ਹੈ ਉਹਦਾ ਥੋੜ੍ਹਾ ਜਿਹਾ ਪਛੇਤੀਆਂ ਕਣਕਾਂ 'ਤੇ ਅਸਰ ਪੈਣ ਦਾ ਹੈਗਾ ਝਾੜ 'ਤੇ ਡਰ, ਅਤੇ ਜਿਹੜੀਆਂ ਅਗੇਤੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਹੁਣ ਜਦੋਂ ਇਸ ਤਰ੍ਹਾਂ ਕਿਉਂਕਿ ਕਣਕ ਨੂੰ ਲਗਾਤਾਰ ਧੁੰਦ ਰਹਿਣ ਕਰਕੇ ਜਿਹੜੀ ਯੂਰੀਆ ਪਾਈ ਸੀ ਉਹ ਵਾਹਣ ਜਿਹੜੇ ਜ਼ਿਆਦਾਤਰ ਗਿੱਲਾ ਰਹਿਣ ਕਰਕੇ ਉਹਨਾਂ ਨੇ ਪੂਰੀ ਯੂਟੀਲਾਈਜੇਸ਼ਨ ਯੂਰੀਆ ਦੀ ਨਹੀਂ ਹੋਈ ਅਤੇ ਯੂਰੀਆ ਜਿਹੜੀ ਆ ਕਿਸਾਨਾਂ ਵੱਲੋਂ ਨੋਰਮਲ ਨਾਲੋਂ ਵੱਧ ਪਾਈ ਗਈ ਹੈ। ਉਦੋਂ ਉਹ ਬੂਟੇ ਨੇ ਨਵੀਂ ਜ਼ਿਆਦਾ ਵਾਹਣ 'ਚ ਹੋਣ ਕਰਕੇ, ਕਿਉਂਕਿ ਜਿੰਨਾ ਜਦੋਂ ਵਾਹਣ ਥੋੜ੍ਹਾ ਜਿਹਾ ਖੁਸ਼ਕ ਹੋਊਗਾ ਉਦੋਂ ਨਿਊਟ੍ਰੀਐਂਟਸ ਜਿਹੜੇ ਉਹ ਅਪਟੇਕ ਕਰਦੇ ਆ, ਉਹਦੀ ਏਰੇਸ਼ਨ ਜਿਹੜੀ ਉਹ ਰੁਕ ਜਾਂਦੀ ਹੈ, ਤਾਂ ਜਦੋਂ ਹੁਣ ਇਹ ਅਪਟੇਕ ਹੋਣ ਲੱਗ ਗਈ ਹੈ ਹੁਣ ਇੱਕੇ ਵਾਰੀ ਉਹ ਜਿਹੜਾ ਅਸਰ ਜਿਹੜਾ ਉਹ ਜਿਹੜੀ ਖਾਦ ਪਾਈ ਹੋਈ ਜਦੋਂ ਬੂਟਾ ਦਾ ਲਊਗਾ, ਕਣਕ ਪੂਰੀ ਕਾਲੀ ਹੋ ਜੂਗੀ ਜ਼ਿਆਦਾ, ਤਾਂ ਹੁਣ ਥੋੜ੍ਹਾ ਜਿਹਾ ਜਿਹੜਾ ਉਹ ਤੇਲੇ ਦਾ ਅਸਰ ਅਗੇਤੀਆਂ ਕਿਸਮਾਂ 'ਤੇ ਜਿਹੜਾ ਹੋਣ ਦੀ ਸੰਭਾਵਨਾ ਹੈਗੀ ਹੈ। ਅਤੇ ਉਹਦੇ ਵਾਸਤੇ ਅਸੀਂ ਕਿਸਾਨ ਨੂੰ ਕਹਾਂਗੇ ਵੀ ਜਿਹੜੀਆਂ ਅਗੇਤੀਆਂ ਕਣਕਾਂ ਨੇ, ਕਈ ਕਣਕਾਂ ਜਿਹੜੀਆਂ ਉਹ ਢੇਡੇ 'ਤੇ ਆ ਗਈਆਂ ਹੈ, ਕਈ ਕਣਕਾਂ ਜਿਹੜੀਆਂ ਅਗੇਤੀਆਂ ਅਕਤੂਬਰ ਲਾਸਟ ਵੀਕ ਦੇ ਵਿੱਚ ਬੀਜੀਆਂ ਵੀ ਹੈ, ਅਤੇ ਉਹ ਕਣਕਾਂ ਦੇ ਤਾਂ ਛਿੱਟੇ ਵੀ ਕਈ ਥਾਂ ਜਿਹੜੇ ਉਹ ਨਿਕਲਦੇ ਆਉਂਦੇ ਹੈ, ਅਤੇ ਕਿਸਾਨ ਆਪਦਾ ਜਿਹੜਾ ਉਹ ਦੂਜੇ ਤੀਜੇ ਦਿਨ ਜਾ ਕੇ ਛਿੱਟਾ ਤੋੜ ਕੇ ਮਤਲਬ ਪੱਤੇ ਨੂੰ ਵੇਖ ਲਏ, ਕਈ ਵਾਰੀ ਤੇਲਾ ਜਿਹੜਾ ਚੇਪਾ ਹੈ ਇਹ ਮੁੱਢ ਦੇ ਵਿੱਚ ਵੀ ਆ ਜਾਂਦਾ, ਮੁੱਢ ਵੀ ਆਪਦੇ ਚੈੱਕ ਕਰੇ ਅਤੇ ਪੱਤੇ ਵੀ ਆਪਦੇ ਚੈੱਕ ਕਰੇ, ਜੇ ਕਾਲਾ ਤੇਲਾ ਜਿਹੜਾ ਹੈਗਾ ਇਹ ਉੱਡਦਾ ਵੀ ਖੇਤ ਦੇ ਵਿੱਚ ਪਤਾ ਲੱਗਦਾ, ਅਤੇ ਜਿਹੜਾ 2-3 ਦਿਨਾਂ ਦੇ ਇੰਟਰਵਲ ਦੇ ਵਿੱਚ ਜਿਹੜਾ ਖੇਤ ਦਾ ਉਹ ਕਿਸਾਨ ਜਿਹੜੇ ਉਹ ਸਰਵਾ ਕਰਦੇ ਰਹਿਣ, ਖਾਸ ਕਰਕੇ ਜਿਹੜੀਆਂ ਅਗੇਤੀਆਂ ਕਿਸਮਾਂ ਨੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹ ਤੇਲਾ ਪੈਣ ਦੀ ਜਿਹੜੀ ਆ ਉਹ ਸੰਭਾਵਨਾ ਹੈਗੀ ਹੈ। ਅਤੇ ਜੇ ਅਸੀਂ ਅਗਾਊਂ ਜਿਹੜਾ ਉਹਦਾ ਕੀੜੇ ਦਾ ਜਿਹੜਾ ਹੱਲ ਕਰ ਲਵਾਂਗੇ ਤਾਂ ਉਹਦੇ ਨਾਲ ਜਿਹੜਾ ਹੁੰਦਾ ਉਹ ਝਾੜ 'ਤੇ ਮਾੜਾ ਅਸਰ ਨਹੀਂ ਪੈਂਦਾ। ਕਈ ਵਾਰੀ ਅਸੀਂ ਜੇ ਸਰਵੇ ਨਹੀਂ ਕਰਦੇ ਗੇ ਫੀਲਡ ਦਾ
ਤਾਂ ਉਹਦੇ ਵਿੱਚ ਕੀ ਹੁੰਦਾ ਵੀ ਨੁਕਸਾਨ ਵੀ ਹੋ ਜਾਂਦਾ ਅਤੇ ਸਾਨੂੰ ਸਪਰੇ ਵੀ ਕਰਨੀ ਪੈਂਦੀ ਹੈ। ਜਦੋਂ ਸਪਰੇ ਲੇਟ ਹੋ ਜਾਂਦੀ ਹੈ ਸਪਰੇ 'ਤੇ ਵੀ ਪੈਸੇ ਖਰਚ ਹੋ ਜਾਂਦੇ ਆ ਅਤੇ ਫਸਲ 'ਤੇ ਜਿਹੜਾ ਜਿਹੜੇ ਕੀੜੇ ਨੇ ਰਸ ਚੂਸਣ ਵਾਲੇ ਉਹਨਾਂ ਦਾ ਜਿਹੜਾ ਮਾੜਾ ਅਸਰ ਵੀ ਪੈ ਜਾਂਦਾ ਹੈ। ਬਾਕੀ ਹਜੇ ਤੱਕ ਜਿਹੜੀ ਸੁੰਡੀ ਹੈ ਉਹ ਲਾਸਟ 'ਤੇ ਜਾ ਕੇ ਜਦੋਂ ਕਣਕ ਬੱਕਲੀਆਂ ਜਿਹੀਆਂ ਬਣ ਜਾਂਦੀ ਹੈ ਉਦੋਂ ਜਾ ਕੇ ਉਹਦੇ 'ਤੇ ਆਰਮੀ ਵਾਰਮ ਦਾ ਅਟੈਕ ਆਉਂਦਾ ਹੈ। ਉਹਦੀ ਆਪਾਂ ਫਿਰ ਕਿਸੇ ਵੇਲੇ ਗੱਲਬਾਤ ਕਰ ਲਾਂਗੇ। ਹੁਣ ਦੇ ਸਮੇਂ ਦੇ ਵਿੱਚ ਇਹੀ ਹੈ ਵੀ ਜਿਹੜੀਆਂ ਕਣਕਾਂ ਪਛੇਤੀਆਂ ਨੇ ਅਤੇ ਜਿਨ੍ਹਾਂ ਨੇ ਕੋਈ ਵੀਡੀਸਾਈਡ ਵਗੈਰਾ ਕਿਸੇ ਦੀ ਰਹਿੰਦੀ ਹੈ, ਹੁਣ ਜਿਹੜਾ ਮੌਸਮ ਆ ਖੁੱਲ੍ਹ ਗਿਆ, ਕਿਉਂਕਿ ਵੀਡੀਸਾਈਡ ਜਿਹੜੀ ਆਪਾਂ ਗੁੱਲੀ ਡੰਡੇ ਵਾਲੀ ਸਪਰੇ ਕਰਦੇ ਹਾਂ ਜਾਂ ਬਾਥੂ ਵਾਲੀ ਕਰਦੇ ਹਾਂ, ਇਹਦੇ ਵਿੱਚ ਕਈ ਵਾਰੀ ਕਿਸਾਨ ਕਹਿੰਦਾ ਕਿ ਅਸੀਂ ਦਵਾਈ ਕੀਤੀ ਹੈ ਸਾਡਾ ਗੁੱਲੀ ਡੰਡਾ ਨਹੀਂ ਮਰਿਆ। ਉਹ ਕੀ ਹੈ ਕਿ ਇਹ ਜਦੋਂ ਸਪਰੇ ਕਰਦੇ ਹਾਂ ਉਹਦੇ ਵਿੱਚ ਧੁੱਪ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਲਗਾ ਸਪਰੇ ਕਰਤੀ ਭਾਵੇਂ ਜਿੰਨੀ ਮਰਜ਼ੀ ਵਧੀਆ ਕਰਤੀ ਤੁਸੀਂ ਵਧੀਆ ਢੰਗ ਨਾਲ ਵਧੀਆ ਕੰਪਨੀ ਦੀ ਕਰਤੀ ਅਤੇ ਜੇ ਧੁੱਪ ਨਹੀਂ ਨਿਕਲਦੀ ਤਾਂ ਉਹ ਜਿਹੜੀ ਅਸਰ ਜਿਹੜਾ ਉਹ ਬੂਟੇ ਦੇ ਵਿੱਚ ਨਹੀਂ ਜਾਂਦਾ ਅਤੇ ਜਿਸ ਕਰਕੇ ਉਹ ਗੁੱਲੀ ਡੰਡਾ ਪੂਰੀ ਤਰ੍ਹਾਂ ਮਰਦਾ ਨਹੀਂ ਗਾ। ਜੇ ਕੋਈ ਕਿਸਾਨ ਲੇਟ ਹੈ ਜਿਹਨੇ ਕਰਨੀ ਹੈ ਤਾਂ ਹੁਣ ਉਹ ਗੁੱਲੀ ਡੰਡੇ 'ਤੇ ਬਾਥੂ ਵਾਲੀ ਸਪਰੇ ਕਰ ਸਕਦਾ ਅਤੇ ਜਿਹਦੀ ਕਣਕ ਮਤਲਬ ਢੇਡੇ 'ਤੇ ਆ ਗਈ ਹੈ ਉਹ ਕਿਸਾਨ ਜੇ ਹੁਣ ਉਹਦੇ ਗੁੱਲੀ ਡੰਡਾ ਹੈਗਾ ਵੀ ਹੈ ਤਾਂ ਇਸ ਵਕਤ 'ਤੇ ਆ ਕੇ ਉਹਨੂੰ ਸਪਰੇ ਨਹੀਂ ਕਰਨੀ ਚਾਹੀਦੀ। ਜਿਹੜੀ ਕਣਕ 50-60 ਦਿਨਾਂ ਤੋਂ ਅਜੇ ਘੱਟ ਹੈਗੀ ਹੈ ਉਹਦੇ ਉੱਤੇ ਜਿਹੜਾ ਹੈਗਾ ਕਿਸਾਨ ਹੁਣ ਵੀ ਗੁੱਲੀ ਡੰਡੇ 'ਤੇ ਬਾਥੂ ਵਾਲੀ ਆਪਦੀ ਹੈ ਸਪਰੇ ਕਰਕੇ ਆਪਦੇ ਨਦੀਨਾਂ ਦਾ ਕੰਟਰੋਲ ਜਿਹੜਾ ਉਹ ਕਰ ਸਕਦਾ।